ਆਏ ਕਰ ਫਿਰ ਦੀਵਾਲੀ ਤਾਂ ਹੈਗੀ ਅੱਜ ਨਾ ਆਫਰ ਦੇ ਦੇ ਦੀਵਾਲੀ ਤੇ ਯਾਰ ਆਫਰ ਦੇ ਦਾਂਗੇ ਵੀਰੇ ਜਿਵੇਂ ਤੁਸੀਂ ਕਹੋਗੇ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਗਿਆ ਖੁੱਲੇ ਆਫਰ ਦਵਾਂਗਾ ਉਹਨੂੰ ਆਪਾਂ ਦੱਸ ਫਿਰ ਕਿੰਨੇ ਰੁਪਏ ਨੂੰ ਆਪਾਂ ਕਿਦੋਂ ਫਾਰਮ ਤੋਂ ਲਿਆਂਦੀਆਂ ਲਿੱਸੀਆਂ ਨੇ ਵੀ ਉਹਨਾਂ ਨੂੰ ਬਣਾ ਲਈਏ 10 ਦਿਨ ਬਣਾ ਲਈਏ 10 ਦਿਨ ਬਣਾਉਣ ਤੋਂ ਬਾਅਦ ਫਿਰ ਵੇਚ ਦਾਂਗੇ उम्र भी छोटा हाथी मैं मतलब सब्जी फ्रूट फराड़ का काम करता सीगा ठीक है ड्राइवर सीगा ड्राइवर सी आपदा ही काम करदा शुरू तो मैं लियाउने आ बेच लैने आ कदे साडे कोल 100 भी हो जांदी आ कदे 50 भी हो जांदी ने कदे कोई भी नहीं रहिंदी अच्छा ठीक है किन्नी किन्नी कीमत वाली बकरी आउंदी जांदी रहिंदी अपने कोले देख मेरे बकरी दा अपने कोल आपां रब दी कृपा नाल सवा सवा लाख रुपए तक दी बेच ली सवा सवा लाख रुपए तक दी बकरी बेच ली हां ले भी दोस्तों सब तो पहला तो ना असीं तुहाडा धन्नवाद करदे आ भी तुसीं साडे जिहड़े पार्टा नूं इन्ना प्यार दे रहोगे ना आजड़ी वीर वालिआं नूं ते अज आपां फेर भाई तुहानूं इक होर आजड़ी वीर दे नाल मिलाउण जा रहे हां ते मिलाउण तों पहला भाई सब तो पहला तां असीं तुहानूं दिंदे आ जी वधाइयां दिवाली दीआं ना सारिआं नूं भाई हैप्पी दिवाली ते दिवाली भाई किवें लंघ रही हैगी कमेंट करके जरूर दस्सिओ ते गल्लबात कर देंगे अज्ज आपां आए होए आं भाई जी पिंड राजगढ़ सौंदे वाला जिला पटियाले दे विच ते गल्लबात कर देंगे राजू बाबा हू अपने नाल ते इह भाई ना बकरियां खरीददा वेचदा ते चारदा वी जाने कि आ जिहड़ी हैगा ते की गल्लबात आ कि किवें इधर आया सारी गल्लबात कर देंगे राजू भाई सत श्री अकाल जी सत श्री अकाल वीरे होर ठीक ठाक हो बहुत वधिया जी होर मुबारकां तुहानूं दिवाली दीआं तुहानूं वी जी ठीक है भाई जी किवें कम्म कर किवें आ ਕੰਮ ਕਰ ਠੀਕ ਆ ਵੀਰੇ ਠੀਕ ਹੈ ਜੀ ਹਾਂ ਵਧੀਆ ਠੀਕ ਹੈ ਬਾਈ ਜੀ ਇੱਧਰ ਕਿੰਨਾ ਟਾਈਮ ਹੋ ਗਿਆ ਜੀ ਇਹ ਕੰਮ ਕਰਦੇ ਨੂੰ ਇੱਧਰ ਵੀਰੇ ਹੋ ਗਏ ਮੈਨੂੰ 6-7 ਸਾਲ ਹੋ ਗਏ 6-7 ਸਾਲ 7 ਸਾਲ ਅੰਗ ਹੋ ਗਏ ਹਾਂ ਠੀਕ ਹੈ ਜੀ ਕਿਵੇਂ ਆ ਕੰਮ ਕਰ ਰਹਾ ਜੂ ਇਹ ਕੰਮ ਕਰ ਠੀਕ ਆ ਵੀਰੇ ਅੱਛਾ ਪਹਿਲਾਂ ਵੀਰੇ ਮੈਂ ਡਰਾਈਵਰੀ ਕਰਦਾ ਹੁੰਦਾ ਸੀਗਾ ਚਰਨੇ ਬਾਈ ਨਾਲ ਉਹ ਕਿੰਨਾ ਟਾਈਮ ਕਰੀਆ ਵੀ ਡਰਾਈਵਰੀ ਉਹ ਵੀਰੇ ਅਸੀਂ 2 ਸਾਲ 3 ਕੁ ਮਹੀਨੇ ਕੀਤੀ ਆ ਠੀਕ ਆ 2 ਸਾਲ 3 ਕੁ ਮਹੀਨੇ ਕੀਤੀ ਆ ਉਸ ਤੋਂ ਪਹਿਲਾਂ ਬਈ ਕਿਵੇਂ ਕਰਦੇ ਸੀ ਫਿਰ ਕੀ ਕੰਮ ਸੀ ਇਸ ਤੋਂ ਪਹਿਲਾਂ ਆਪਣਾ ਉਦੋਂ ਪਹਿਲਾਂ ਵੀ ਵੀਰੇ ਮਤਲਬ ਖਾਸ ਹੀ ਹੈ ਨਾ ਕਿਉਂਕਿ ਆਪਣੀ ਨਹੀਂ ਵੀਰੇ ਉਮਰ ਸਰੀਰ ਭਰ ਆ ਉਮਰ ਨਹੀਂ ਹੈਗੀ ਜਿਆਦਾ ਉਮਰ ਨਹੀਂ ਹੈਗੀ ਹਾਂ ਉਮਰ ਤਾਂ 32 ਸਾਲ ਦੀ ਹੈ ਅੱਛਾ ਉਮਰ 32 ਸਾਲ ਦੀ ਹਾਂ ਬਰਾਬਰ ਹੀ ਹੈ ਫਿਰ ਤਾਂ ਬਹਾਨਾ ਹਾਂ ਉਹ ਸਰੀਰ ਭਰ ਆ ਵੀ ਗੱਡੀ 'ਚ ਬਹਿਣ ਕਰਕੇ ਥੋੜਾ ਜਿਹਾ ਫਰਕ ਪੈ ਰਿਹਾ ਠੀਕ ਆ ਜਾਨ ਕਿ ਇੱਧਰ ਹੀ ਆਇਆ ਹਾਂ ਨਹੀਂ ਪਹਿਲਾਂ ਵੀ ਮੇਰੇ ਕੋਲ ਟੈਂਪੂ ਸੀਗਾ ਛੋਟਾ ਹਾਥੀ ਮੈਂ ਮਤਲਬ ਕਿ ਸਬਜ਼ੀ ਫਰੂਟ ਫਰਾੜ ਦਾ ਕੰਮ ਕਰਦਾ ਸੀਗਾ ਠੀਕ ਆ ਡਰਾਈਵਰ ਸੀਗੇ ਡਰਾਈਵਰ ਸੀ ਆਪਦਾ ਹੀ ਕੰਮ ਕਰਦਾ ਸ਼ੁਰੂ ਤੋਂ ਮੈਂ ਫਿਰ ਬਾਈ ਚਰਨੇ ਨਾਲ ਲੱਗ ਗਿਆ ਚਰਨੇ ਬਾਈ ਨਾਲ ਲੱਗ ਗਿਆ ਚਰਨੇ ਬਾਈ ਨਾਲ ਲੱਗ ਗਿਆ ਫਿਰ ਚਰਨੇ ਨਾਲ 2 ਮਹੀਨੇ 2 ਸਾਲ 2 ਕੁ ਮਹੀਨੇ ਲੱਗੇ 2 ਸਾਲ 2 ਕੁ ਮਹੀਨੇ ਹਾਂ ਉਦੋਂ ਮੁੜ ਕੇ ਚਲੋ ਇੰਨਾ ਕੁਝ ਬਣਦਾ ਨਹੀਂ ਡਰਾਈਵਰੀ 'ਚ ਹੌਲੀ ਹੌਲੀ ਫਿਰ ਬਾਈ ਨਾਲ ਉਹਦੇ ਨਾਲ ਚਰਨੇ ਨਾਲ ਦੇਖਣਾ ਵੀ ਕਿਵੇਂ ਖਰੀਦਦਾ ਕਿਵੇਂ ਵੇਚਦਾ ਹਾਂ ਐਨ ਪੂਰਾ ਮਤਲਬ ਕਿ ਐਕਸਪੀਰੀਅੰਸ ਲੈ ਲਿਆ ਆਪਦਾ ਫਿਰ ਉਦੋਂ ਮੁੜ ਕੇ ਹੌਲੀ ਹੌਲੀ ਆਪਦਾ ਕਰ ਲਿਆ ਭਾਈ ਸਹੀ ਗੱਲ ਆ ਆਪਦਾ ਕਰਦੇ ਕਰਾਉਂਦੇ ਆਪਦੀਆਂ ਲਿਆਉਂਦੇ ਹਾਂ ਹੁਣ ਵੇਚ ਲੈਂਦੇ ਹਾਂ ਵੀਰੇ ਲਿਆਉਂਦੇ ਹਾਂ ਵੇਚ ਲੈਂਦੇ ਹਾਂ ਕਦੇ ਸਾਡੇ ਕੋਲ 100 ਵੀ ਹੋ ਜਾਂਦੀ ਆ ਕਦੇ 50 ਵੀ ਹੋ ਜਾਂਦੇ ਨੇ ਕਦੇ ਕੋਈ ਵੀ ਨਹੀਂ ਰਹਿੰਦੀ ਅੱਛਾ ਠੀਕ ਹੈ ਵੇਚਣ ਵਾਲਾ ਕੰਮ ਹੀ ਆ ਵੇਚਣ ਵਾਲਾ ਕੰਮ ਹੀ ਆਪਣਾ ਮਤਲਬ ਕਿ ਲਿਆ ਕੇ ਆਪਾਂ ਘਰੇ ਨਹੀਂ ਰੱਖਦੇ ਵੀ ਘਰੇ ਰੱਖ ਕੇ ਚਾਰਨੀਆਂ ਨੇ ਨਾ ਚਾਰਦੇ ਉਹਨੇ ਟਾਈਮ ਹੀ ਜਿੰਨੇ ਚੱਕ ਵਿਕਦੀਆਂ ਨਹੀਂ ਜਿੰਨੇ ਟਾਈਮ ਵਿਕਦੀਆਂ ਨਹੀਂ ਜਿੰਨੇ ਚੱਕ ਵਿਕਦੀਆਂ ਨਹੀਂ ਘਰੇ ਰੱਖ ਕੇ ਇਹਨਾਂ ਦਾ ਪੜਤਾ ਨਹੀਂ ਪੈਂਦਾ ਪਸ਼ੂ ਬਾਹਰ ਫਿਰਨ ਵਾਲਾ ਤਾਂ ਫਿਰ ਮਾੜਾ ਮੋਟਾ ਫੇਰ ਲੈਣੇ ਕੋ ਘਰੇ ਵੀ ਪਾ ਦਿੰਨੇ ਇਹਨਾਂ ਨੂੰ ਠੀਕ ਹੈ ਬਾਈ ਜੀ ਹਾਂ ਔਖਾ ਤਾਂ ਨਹੀਂ ਹੈਗਾ ਕੰਮ ਨਾ ਵੀਰੇ ਔਖਾ ਨਹੀਂ ਹੈਗਾ ਔਖਾ ਜਮੀ ਨਹੀਂਗਾ ਖਰਚਾ ਤਾਂ ਹੈ ਨਹੀਂ ਵੀਰੇ ਦਾ ਇੰਨਾ ਯਾਰ ਇੰਨਾ ਖਰਚਾ ਨਹੀਂਗਾ ਨਾ ਆ ਬਾਹਰ ਡੇਕਾਂ ਖਾਰੀਆਂ ਨਾ ਘਰੇ ਜਾ ਕੇ ਵੜ ਜਾਣਗੀਆਂ ਮੈਂ ਵੀ ਦੇਖ ਸਕਦਾ ਨਾ ਕਿਉਂਕਿ ਬਾਈ ਇਹ ਅੱਜ ਹੈਗੀਆਂ ਨੇ ਕੱਲ ਨੂੰ ਹੋਣ ਪਤਾ ਨਹੀਂ ਨਾ ਹੋਣ ਤੇਰੇ ਕੋਲੇ ਹਨਾ ਰਾਜੂ ਹਾਂ ਇੱਕ ਨਾ ਤੁਹਾਡੇ ਕੋਲੇ ਅਸੀਂ ਦੇਖਿਆ ਮੰਡੀਆਂ 'ਚ ਵੱਡੀਆਂ ਵੱਡੀਆਂ ਵੀ ਹੁੰਦੀਆਂ ਨੇ ਬੱਕਰੀਆਂ ਨਾ ਹਾਂ ਵੀਰੇ ਠੀਕ ਹੈ ਜੀ ਕਿੰਨੇ ਕਿੰਨੇ ਕੀਮਤ ਵਾਲੀ ਬੱਕਰੀ ਆਉਂਦੀ ਜਾਂਦੀ ਰਹਿੰਦੀ ਆਪਣੇ ਕੋਲੇ ਦੇਖ ਮੇਰੇ ਬੱਕਰੀ ਤਾਂ ਆਪਣੇ ਕੋਲ ਆਪਾਂ ਰੱਬ ਦੀ ਕਿਰਪਾ ਨਾਲ 1.25 ਲੱਖ ਰੁਪਏ ਤੱਕ ਦੀ ਵੇਚ ਲਈ 1.25 ਲੱਖ ਰੁਪਏ ਤੱਕ ਦੀ ਬੱਕਰੀ ਵੇਚ ਲਈ ਹਾਂ ਅੱਛਾ ਜੀ ਬੱਕਰੀ ਫਿਰ ਜਿਹੋ ਜੀ ਚੀਜ਼ ਉਹ ਹੈ ਰੇਟ ਅੱਛਾ ਹਾਂ ਠੀਕ ਬੱਕਰੀ ਮਹਿੰਗੀ ਤੋਂ ਮਹਿੰਗੀ ਵੇਚ ਲਈ ਸਸਤੀ ਤੋਂ ਸਸਤੀ ਵੇਚ ਲਈ ਠੀਕ ਆ ਹਾਂ ਇਹ ਔਖੀ ਤਾਂ ਨਹੀਂ ਹੁੰਦੀ ਮਹਿੰਗੀ ਬੱਕਰੀ ਵੇਚਣੀ ਜੇ ਦੇਖਿਆ ਜਾਵੇ ਨਹੀਂ ਵੀਰੇ ਕੋਈ ਔਖਾ ਨਹੀਂ ਹੈਗਾ ਕਿਵੇਂ ਬਾਈ ਵਿਕਦੀ ਕਿਵੇਂ ਹੈਗੀ ਮਹਿੰਗੀ ਬੱਕਰੀ ਆ ਸਾਡੇ ਤੋਂ ਤਾਂ ਵਿਕਦੀ ਨਹੀਂ ਹੈਗੀ ਵੀਰੇ ਫਿਰ ਜਿਹੋ ਜਿਹਾ ਧੰਨ ਆ ਉਹਨੂੰ ਲਊਗਾ ਬੰਦਾ ਪਹਿਚਾਣ ਵਾਲਾ ਜਿਹਨੂੰ ਚੀਜ਼ ਦੀ ਪਰਖ ਆ ਜਿਹਨੇ ਮਤਲਬ ਕਿ ਉਹੀ ਕਹਿ ਦੇਣਾ ਕਈ ਤਾਂ ਰੇਟ ਸੁਣ ਕੇ ਕਹਿ ਦੇਣਾ ਯਾਰ ਤੂੰ ਮੱਝ ਦਾ ਵੀ ਦੁੱਗਣਾ ਰੇਟ ਮੰਗ ਲਿਆ ਠੀਕ ਉਹਨੂੰ ਚੀਜ਼ ਦੀ ਪਰਖ ਨਹੀਂ ਹੈਗੀ ਠੀਕ ਆ ਜਿਹਨੂੰ ਚੀਜ਼ ਦੀ ਪਰਖ ਆ ਉਹੀ ਲਊਗਾ ਇਹੋ ਜਿਹਾ ਹੁੰਦਾ ਕੀ ਆ ਹੁਣ ਮੈਂ ਤੁਹਾਨੂੰ ਉਹ ਬੱਕਰੀ ਦਿਖਾਉਣਾ ਇੱਕ ਆਪਾਂ ਕਹਿ ਦਿੰਦੇ ਹਾਂ ਵੀ ਬੱਕਰੀ ਕਈਆਂ ਦਾ ਹੁੰਦਾ ਯਾਰ ਵੀ ਯਾਰ ਲੱਖ ਦੀ ਤਾਂ ਮੱਝ ਆ ਜਾਂਦੀ ਹੈ ਲੱਖ ਦੀ ਤਾਂ ਮੱਝ ਆ ਜਾਂਦੀ ਆ ਕਹਿੰਦੇ ਨੇ ਨਾ ਕਈ ਇਹਦੀ ਪਹਿਲਾਂ ਵੀ ਵੀਡੀਓ ਪਈ ਹੋਈ ਆ ਵੀਰੇ ਕੀ ਜਾਣਨੇ ਹੋਗੇ ਹੁਣ ਆਪਾਂ ਦੇਖਦੇ ਹਾਂ ਵੀ ਉਹ ਚ ਇਹੋ ਜਿਹਾ ਹੁੰਦਾ ਕੀ ਹਨਾ ਇੱਥੇ ਹੀ ਲਿਆ ਰਾਜੂ
ਵੀ ਬੱਕਰੀਆਂ ਦੇਖ ਸਕਦੇ ਵੀ ਸਾਰੀਆਂ ਚੰਗੀਆਂ ਨੇ ਅਤੇ ਸਾਰੀਆਂ ਬਕਿਆਊ ਵੀ ਨੇ, ਠੀਕ ਹੈ ਜੀ। ਅਤੇ ਕੀ ਗੱਲਬਾਤ ਆ ਕਿ ਦੀਵਾਲੀ ਦਾ ਟਾਈਮ ਆ, ਬਸ ਛੱਡਦੇ ਬੱਚਾ ਛੱਡਦੇ। ਦੱਸ ਰਾਜੂ ਬਾਈ, ਇਹ ਬੱਕਰੀ ਆ ਵੀਰੇ, ਅੱਛਾ 40 ਇੰਚ ਤੋਂ ਉੱਪਰ ਆ ਵੀਰੇ। ਅੱਛਾ ਜੀ, ਹਾਂ ਵੀ 40 ਇੰਚ ਤੋਂ ਉੱਪਰ ਆ ਬੱਕਰੀ। ਹਾਂ ਆਹ ਦੇਖੋ ਵੀਰੇ, 8 ਦੰਦ ਦੇ ਹੁਣ ਚੱਕੇ ਨੇ, ਹਜੇ 6 ਦਾ ਸੂਆ ਸੀ। ਠੀਕ, ਉੱਧਰ ਕਰੀ ਮਾੜੀ, ਲੈ ਵੀ 6 ਦਾ ਸੂਆ ਸੀ ਪਹਿਲਾਂ ਨਾ, ਦੂਜਾ ਸੂਆ। ਹਾਂ ਠੀਕ ਆ, ਲੈ ਬੱਕਰੀ ਦੇਖ ਲੈ ਵੀਰੇ। ਲੈ ਵੀ ਮਿੱਤਰੋ, 6 ਲੀਟਰ ਦੁੱਧ ਦੀ ਗਰੰਟੀ ਆ ਵੀਰੇ, ਮੈਂ ਚੋਈ ਆਪ ਇਹ 6 ਲੀਟਰ। ਹਾਂ ਦੇਖ ਲਾ, ਬਹੁਤ ਹੁੰਦਾ ਵੀਰੇ, 3 ਬੱਚੇ ਦਿੱਤੇ, ਮੱਝ ਥੱਲੇ ਹੁੰਦਾ ਰਾਜੂ ਦੁੱਧ ਵੀਰੇ, ਮੱਝ ਥੱਲੇ ਮੱਝ ਹੀ ਇੱਕ ਹਿਸਾਬ ਦੀ। ਨੁਕਸਾਨ ਹੋ ਗਿਆ ਸੀਗਾ ਇਹਦੇ, ਖੁਰ ਦੇ ਵਿੱਚ ਨਾ ਡੱਕਾ ਲੱਗ ਗਿਆ ਸੀ। ਠੀਕ ਆ, ਇਹ ਫਿਰ ਮੁੜ ਕੇ ਮਤਲਬ ਕਿ ਕਮਜ਼ੋਰ ਹੋ ਗਈ ਸੀ ਬੱਕਰੀ, ਫਿਰ ਮੈਨੂੰ ਘਰੇ ਰੱਖਣੀ ਪਈ, 3 ਬੱਚੇ ਦਿੱਤੇ ਨੇ। ਅੱਛਾ, ਹਾਂ ਵੀ ਤੁਹਾਨੂੰ ਦਿਖਾਉਣਾ ਵੀ 6 ਲੀਟਰ ਹੁਣ ਵੀਰੇ ਗੱਭਣਾ ਦੁਬਾਰੇ ਲੈ ਵੀ ਥਣ, ਮੋਟੇ ਮੋਟੇ ਥਣਨੇ ਹਨਾ। ਹਾਂ ਵੀਰੇ, ਹੁਣ ਗੱਭਣਾ ਦੁਬਾਰੇ, ਉਹ ਬੱਚਾ ਝੋਲਾ ਖੁੱਲ ਗਿਆ ਸੀ ਉੱਥੇ, ਡੱਕੇ ਚੁੰਘ ਗਿਆ ਇੱਕ ਥਣ, ਤੇ ਲੇਵਾ ਕਿੱਡਾ ਕੁ ਹੋ ਜੂਗਾ, ਲੇਵਾ ਤਾਂ ਪੂਰਾ ਤਕੜਾ ਹੋ ਜਾਂਦਾ ਵੀਰੇ, ਤਕੜਾ ਹੋ ਜੂ ਪੂਰਾ, ਹਾਂ ਜਮਾ ਹੀ। ਲੈ ਵੀ 6 ਲੀਟਰ ਦੀ ਗਰੰਟੀ ਲੈ ਰਿਹਾ ਰਾਜੂ ਇਹਦੀ। ਹਾਂ ਵੀਰੇ, ਪੱਕੀ ਗੱਲ ਹੈ। ਹਾਂ ਵੀਰੇ, ਇਹ ਵੇਚਣੀ ਵੀ ਹੈ? ਵੇਚਣੀ ਆ ਵੀਰੇ। ਕਿੰਨੇ ਰੁਪਏ ਦੀ ਵੇਚਣੀ? ਇਹਦਾ ਵੀਰੇ 70,000 ਰੁਪਇਆ ਮੰਗਦੇ ਆਪਾਂ। 70,000 ਰੁਪਇਆ? ਹਾਂ ਵੀ 70,000 ਰੁਪਇਆ ਮੰਗਦੇ ਨੇ, ਕਿਉਂਕਿ ਬਈ ਇੰਨੇ ਕੁ ਦੀ ਮੱਝ ਆਉਂਦੀ ਹੈਗੀ ਦੁੱਧ ਵਾਲੀ, ਇੰਨੇ ਕੁ ਨਾਲੇ ਦੇ ਬੱਚਾ ਵੀ ਆ ਵੀਰੇ, ਇੱਕ ਫਿਲਹਾਲ ਤਾਂ 3 ਬੱਚੇ ਸੀਗੇ ਵੀਰੇ, 2 ਮਰ ਗਏ ਯਾਰ। ਠੀਕ ਆ ਠੀਕ ਆ, ਹਾਂ ਉਦੋਂ ਇਹ ਮਤਲਬ ਕਿ ਥੋੜੀ ਡਾਊਨ ਹੋ ਗਈ ਸੀ। ਲੈ ਵੀ ਮਿੱਤਰੋ, ਦੇਖ ਸਕਦੇ ਹੋਗੇ ਰਾਜੂ ਬਾਬੇ ਦੀ ਬੱਕਰੀ ਬਾਈ, ਕਹਿੰਦਾ ਵੀ 6 ਲੀਟਰ ਦੁੱਧ ਦੀ ਗਰੰਟੀ ਹੈਗੀ। ਚੋਕੇ ਦੇ ਮੈਂ ਕਹਾਂ ਰਾਜੂ, ਹੈ ਚੋਕੇ ਲੈ ਲਿਆ ਵੀਰੇ, ਹਜੇ ਹੁਣ ਤਾਂ ਘੱਟ ਹੈ ਵੀਰੇ, ਕਿੰਨੇ ਟਾਈਮ ਦੀ ਗੱਭਣਾ, ਹੁਣ ਤਾਂ ਇਹ 2.5 ਮਹੀਨੇ ਦੇ ਨੇੜੇ ਹੋ ਚੱਲੀ ਵੀਰੇ, 2.5 ਮਹੀਨੇ ਦੀ ਗੱਭਣਾ, ਆਹ ਬੱਚਾ ਦੇਖੋ ਵੀਰੇ, ਬਸ ਛੱਡਦੇ ਕੋਈ ਨਾ ਮਿੱਤਰੋ, ਦੇਖ ਸਕਦੇ ਹੋਗੇ ਬੱਚਾ ਵੀ ਚੰਗਾ, ਕੋਈ ਪਿਓਰ ਚੈ ਨਹੀਂ ਹੈਗਾ ਵੀ ਇਹ 'ਚੋਂ, ਕਿੰਨਾ ਕੁਛ ਬਣਾ ਲਿਆ ਰਾਜੂ ਬੱਕਰੀਆਂ ਦੇ ਵਿੱਚੋਂ, ਵੀ ਕਿਵੇਂ ਆ ਇਹ, ਕਿੱਤਾ ਕਿਵੇਂ ਆ ਇਹ ਵੀਰੇ? ਮੈਂ ਬਣਾਇਆ ਤੇ ਸਿੱਧੇ ਸਾਰਾ ਕੁਛ। ਉਹ ਕਿਵੇਂ ਬਾਈ? ਬਈ ਜਦੋਂ ਦੇ ਆਪਾਂ ਪਹਿਲਾਂ ਚਰਨੇ ਨਾਲ ਹੁੰਦੇ ਸੀ, ਫਿਰ ਆਪਦਾ ਕੰਮ ਚਲਾ ਲਿਆ, ਵੀ ਮਤਲਬ ਕਿ ਘਰ ਖੜਾ ਖੜਾ ਕੀਤਾ ਹੋਇਆ ਸੀ ਮੇਰਾ ਮਕਾਨ, ਸਾਰਾ ਕੁਛ ਲਪਾਈ ਵਗੈਰਾ, ਫਰਸ਼ ਪੱਥਰ ਵਗੈਰਾ, ਜੋ ਵੀ ਘਰ ਦੇ ਵਿੱਚ ਚੀਜ਼ ਬਣਾਈ ਹੈ ਸਾਰੀ ਇਹਨਾਂ ਸਿਰ ਬਣਾਈ। ਹਾਂ ਠੀਕ ਆ, ਘੱਟੋ ਘੱਟ ਵੀ ਮੇਰੇ ਘਰ 'ਤੇ ਟੋਭਾ ਸੀਗਾ ਵੀਰੇ, 17-18 ਲੱਖ ਰੁਪਇਆ ਲੱਗਿਆ ਇਸੇ 'ਤੇ ਲਾਇਆ ਸਰ। ਉਹ ਕਿਵੇਂ ਬਾਈ? ਟੋਭਾ ਸੀ ਵੀਰੇ, ਮੈਂ ਐਂ ਖੜਾ ਹੁੰਦਾ ਸੀ ਅਤੇ ਤਾਂ ਨੀਆਂ ਭਰੀਆਂ ਨੇ ਉੱਥੇ, ਇੰਨੀਆਂ ਚੌੜੀਆਂ ਬੇਸਾਂ ਭਰੀਆਂ ਹੋਈਆਂ ਨੇ। ਅੱਛਾ, ਵੀ ਬੈਠੇ ਨਾ, ਠੀਕ ਆ, ਬਾਹਰਲੇ ਪਾਸੇ, ਠੀਕ ਹੈ ਜੀ, ਟੋਭੇ ਦੇ ਘਰ 18 ਲੱਖ ਰੁਪਇਆ ਲਾਤਾ ਘਰ ਦੇ ਉੱਤੇ। ਹਾਂ, ਸਾਰਾ ਇੱਧਰੋਂ ਲਾਇਆ ਗਾ, ਇੱਧਰੋਂ ਲਾਇਆ। ਪਹਿਲਾਂ ਵੀਰੇ ਉਨੀਆਂ ਨੀਆਂ ਚਿੱਟਾਂ ਲੱਗੀਆਂ, ਉਹਨਾਂ ਨੀਆਂ 'ਚ ਸਰੀਆ ਪਿਆ, ਉਹਨਾਂ ਹੀ ਲੈਂਟਰ 'ਤੇ ਪਿਆ। ਅੱਛਾ ਜੀ, ਹਾਂ ਸਹੀ ਗੱਲ ਹੈ ਜੀ, ਘੱਟੋ ਘੱਟ ਵੀ 27-28 ਕੁਇੰਟਲ ਸਰੀਆ ਪਿਆ। ਅੱਛਾ, ਯਾਨੀ ਕਿ ਵਧੀਆ ਕੰਮ ਆ, ਮਾੜਾ ਕੰਮ ਨਹੀਂ ਹੈਗਾ ਜੀ, ਮਾੜਾ ਕੰਮ ਨਹੀਂ ਹੈਗਾ, ਠੀਕ ਹੈ ਜੀ, ਕੰਮ ਬਹੁਤ ਵਧੀਆ ਵੀਰੇ। ਵਿੱਚ ਲੋਕ ਨੂੰ ਕਹਿੰਦੇ ਵੀ ਇਹ ਕੰਮ ਯਾਰ ਵੀਰੇ ਵਧੀਆ ਨਹੀਂ ਹੈਗਾ ਯਾਰ, ਇਹ ਕੰਮ ਹਨਾ ਵੀਰੇ ਵਧੀਆ ਉਹਦੇ ਵਾਸਤੇ ਨਹੀਂ ਹੈਗਾ ਜਿਹਨੇ ਸਾਹਮਣਾ ਨਹੀਂ। ਹਾਂ ਅੱਛਾ, ਜਿਹਨੇ ਗੌਰ ਨਹੀਂ ਕਰਨੀ, ਠੀਕ ਆ, ਉਹਦੇ ਵਾਸਤੇ ਵਧੀਆ ਨਹੀਂ ਹੈਗਾ ਕੁਛ ਵੀ ਇਹ, ਠੀਕ ਆ। ਹਾਂ ਇਹ ਤਾਂ ਗੱਲ ਹੈ, ਜਿਹਨੇ ਵੀਰੇ ਮੱਝ ਵਾਲਾ ਸਿਸਟਮ ਰੱਖਣਾ ਵੀ ਸਵੇਰੇ ਦੇਖ ਲਈਆਂ 10 ਮਿੰਟ ਤੇ ਸ਼ਾਮ ਨੂੰ ਦੇਖ ਲਈਆਂ, ਉਹਦੇ ਵਾਸਤੇ ਕਿਵੇਂ ਹੁੰਦੀ ਆ ਬਈ ਫਿਰ ਗੌਰ ਵੀਰੇ ਦਾ ਸਾਰੀ ਦਿਹਾੜੀ ਇਹਦੇ 'ਚ ਹੱਥ ਰੱਖਣਾ ਪੈਂਦਾ। ਅੱਛਾ, ਹਾਂ ਇਹਨਾਂ ਦੇ ਬੰਦਾ ਸਪੈਸ਼ਲ ਚਾਹੀਦਾ ਜੇ, 20 ਬੱਕਰੀਆਂ ਨੇ, 20 ਬੱਕਰੀਆਂ ਨੇ, ਬੰਦਾ ਚਾਹੀਦਾ ਸਪੈਸ਼ਲ, ਬੰਦਾ ਸਪੈਸ਼ਲ ਚਾਹੀਦੇ ਨਾ, ਰਜਾ ਦਿੰਦੀਆਂ ਨੇ ਵੀਰੇ, ਵੀ ਐਂ ਨਹੀਂ ਹੈਗਾ ਵੀ ਆਪਾਂ ਜੋ ਕਰਤੀਆਂ ਬਈ ਇੱਕ ਵਾਰੀ ਸੰਨੀ ਜੀ ਕਰਤੀ ਮੁੜ ਕੇ ਤਾਂ ਲੋੜ ਹੀ ਨਹੀਂ ਗੀ। ਠੀਕ ਆ, ਸੰਨੀ ਸੁੰਨੀ ਨਾਲ ਤਾਂ ਨਹੀਂ ਕੰਮ ਚੱਲਦਾ, ਸੰਨੀ ਸੁੰਨੀ ਨਾਲ ਨਹੀਂ ਕੰਮ ਚੱਲਦਾ ਵੀਰੇ ਇਹਨਾਂ ਦਾ, ਲੈ ਵੀ ਸੰਨੀ ਸੁੰਨੀ ਨਾਲ ਨਹੀਂ ਕੰਮ ਚੱਲਦਾ ਬਾਈ, ਕਹਿੰਦਾ ਵੀ ਇਹਦਾ ਬਸ ਵੀਰੇ ਮੂੰਹ 'ਚ ਹੱਥ ਰੱਖਣਾ ਪੈਂਦਾ ਗਾ, ਫਿਰ ਇਹਦਾ ਬੱਚਿਆਂ ਨੂੰ ਪਾਲਣੀਆਂ ਪੈਂਦੀਆਂ ਨੇ, ਜਿਵੇਂ ਆਪਾਂ ਹੁਣ ਛੋਟੀਆਂ ਛੋਟੀਆਂ ਪੱਠਾਂ ਵਿੱਚ ਮੇਰੀਆਂ ਘਰੇ ਪਾਲੀਆਂ ਹੋਈਆਂ ਸੀਗੀਆਂ, ਇੱਕ ਮੈਂ ਆਹ ਦਿਖਾਈ ਪੱਠ ਬਈ, ਆਹ ਬੱਕਰੀ ਫੜੀਆਂ ਕਿਵੇਂ ਆ ਇਹ? ਇਹ ਗੱਭਣਾ ਵੀਰੇ, ਗੱਭਣਾ ਕੀ ਵੀ ਜੈੱਡ ਬਲੈਕ ਆ ਵੀ, ਦੇਖ ਸਕਦੇ ਹੋ ਨਾ, ਪੱਠਾਂ ਸਾਰੀਆਂ ਨਵੀਆਂ ਨੇ ਵੀਰੇ, ਕੋਈ 4 ਦੰਦ ਦਾ, ਕੋਈ 6 ਦੰਦ ਦਾ। ਲੋ ਜੀ ਬੱਕਰੀਆਂ ਦਿਖਾ ਰਾਜੂ ਆਇਆ ਬਈ, ਨਾਲੇ ਬਈ ਆਪਾਂ ਬੱਕਰੀਆਂ ਦੇਖ ਦਿਆਂਗੇ, ਨਾਲ ਕਰਾਂਗੇ ਗੱਲਾਂ ਬਾਤਾਂ। ਤੇ ਬੱਕਰੀਆਂ ਸਾਰੀਆਂ ਸੇਲ ਤੇ ਨੇ? ਸਾਰੀਆਂ ਸੇਲ ਤੇ ਨੇ ਵੀਰੇ, ਪੱਠਾ ਹੀ ਨੇ, ਆਹ ਦੇਖੋ ਪੱਠਾ ਹੀ ਨੇ, 6 ਦੰਦ ਆ ਬਈ, ਕੋਈ ਦੂਜਾ ਸੂਗੀ ਵੀਰੇ, ਕੋਈ ਭਲੂਣ ਸੂਗੀ ਵਿੱਚ, ਐਵੇਂ ਨੇ ਕੋਈ ਸੂਣ ਵਾਲੀਆਂ ਨੇ। ਲਓ ਆਪਣਾ ਕੰਮ ਕੀ ਆ ਮੇਨ, ਆਪਾਂ ਇਹ ਦੱਸਦੇ ਆਪਾਂ ਇੱਕ ਵਾਰ ਨਾ ਦੁਬਾਰੇ ਦਰਸ਼ਕਾਂ ਨੂੰ। ਕੰਮ ਵੀਰੇ ਆਪਣਾ ਬਸ ਸੇਲ ਪਰ ਸੇਲ ਲਾ, ਸੇਲ ਪਰਚੇਜ ਆ। ਹਾਂ ਵੀ ਬਸ ਆ ਗਈਆਂ ਗਈਆਂ, ਆ ਗਈਆਂ ਗਈਆਂ, ਠੀਕ ਆ, ਅੱਜ ਆ ਗਈਆਂ 10, ਕੱਲ ਨੂੰ ਮਨ ਕਰੇ ਇੱਕ ਨਹੀਂ ਹੈਗੀ, ਕੱਲ ਨਹੀਂ ਰੱਖਦੇ, ਪੱਕੀਆਂ ਨਹੀਂ ਰੱਖਦੇ ਵੀਰੇ ਆਪਾਂ, ਨਾ ਪੱਕੀਆਂ ਨਹੀਂ ਰੱਖਦੇ, ਪੱਕੀਆਂ ਉਹੀ ਨੇ ਜਿਹੜੀਆਂ ਵੀ ਮਤਲਬ ਕਿ ਥੋੜੀਆਂ ਜਿਹੀਆਂ ਆਪਾਂ ਕਿਤੋਂ ਫਾਰਮ ਤੋਂ ਲਿਆਂਦੀਆਂ ਲੱਸੀਆਂ ਨੇ, ਵੀ ਉਹਨਾਂ ਨੂੰ ਬਣਾ ਲਈਏ 10 ਦਿਨ, ਬਣਾ ਲਈਏ 10 ਦਿਨ, ਬਣਾਉਣ ਤੋਂ ਬਾਅਦ ਫਿਰ ਵੇਚ ਦਾਂਗੇ, ਐਂ ਵੇਚਦੇ ਆ ਵੀਰੇ। ਹਾਂ ਤਿਆਰ ਕਰਕੇ ਚੀਜ਼ ਵੇਚ, ਤਿਆਰ ਕਰਕੇ, ਹਾਂ ਐਂ ਨਹੀਂ ਹੈਗਾ ਵੀ ਲਿਆਂਦੀ ਤੇ ਧੱਕ ਲਾ ਲੈ ਜਾ ਇਹਨਾਂ ਨੂੰ ਮੰਡੀ ਤੇ, ਟੁੱਟੀਆਂ ਤਾਂ ਪਹਿਲੇ ਹੀ ਹੁੰਦੀਆਂ ਮੰਡੀਆਂ 'ਚ, ਹੋਰ ਟੁੱਟ ਜਾਂਦੀਆਂ ਨੇ।
ਠੀਕ ਹੈ ਜੀ ਲਿਆ ਕੇ ਉਹਨੂੰ ਸਮਾਰ ਕੇ ਕਰਕੇ ਤਿਆਰ ਕਰਕੇ ਤਿਆਰ ਕਰਕੇ ਫਿਰ ਵੇਚ ਪਾਵਾਂ 10 ਦਿਨ ਲੱਗਣ ਚਾਹੇ 15 ਦਿਨ ਲੱਗਣ ਵੀਰੇ ਠੀਕ ਹੈ ਫਿਰ ਵੇਚਦੇ ਆ ਮਿੱਤਰੋ ਦੇਖ ਆ ਦੇਖ ਹੁਣ ਕੰਨ ਬੰਨੇ ਦੇਖੋ ਬੱਕਰੀਆਂ ਤਾਂ ਦੇ ਵੱਲੇ ਬੱਕਰੀ ਦੇਖੋ ਮਿੱਤਰੋ ਹਾਂ ਹਜੇ ਨਵੀਂ ਪੱਠ ਆ ਵੀਰੇ ਜਮਾਂ ਹੀ ਲੈ ਚਾਰ ਦੰਦ ਆ ਵੀਰੇ ਛੇ ਦੰਦ ਹੋ ਗਏ ਛੇ ਦੰਦ ਲੈ ਵੀ ਸਿੱਗੀ ਆ ਜੇ ਨਵੀਂ ਹੋਆ ਇੱਕ ਐਵੇਂ ਸੂਏ ਆ ਬਈ ਇਹ ਵੀਰੇ ਦੂਜਾ ਸੂ ਵੀ ਹੁਣ ਲੈ ਵੀ ਦੂਜਾ ਸੂ ਆ ਬਰੀਕ ਜੇ ਸਿੰਘ ਨੇ ਥੋੜੀ ਜਿਹੀ ਲੱਸੀ ਆ ਨਾ ਹਜੇ ਹਾਂ ਵੀਰੇ ਬਦਾਮੀ ਵੀਰੇ ਫਿਰ ਮਤਲਬ ਕਿ ਉਹੀ ਆ ਨਾ ਫਾਰਮ ਚੋਂ ਆਈਆਂ ਨੇ ਫਾਰਮ ਚੋਂ ਆਈਆਂ 50 ਬੱਕਰੀਆਂ 50 ਬੱਕਰੀਆਂ ਹਾਂ ਵੀਰੇ ਠੀਕ ਆ ਇਹ ਸਾਰੀਆਂ ਬੱਕਰੀਆਂ ਵੀਰੇ ਲੈ ਵੀ ਆਹ ਦੇਖੋ ਉੱਧਰ 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 ਸਾਹਮਣੇ ਆਹ ਦੇਖੋ ਜੀ ਮਧਰੀ ਗੋਡੀ ਦੀ ਆ ਵੀਰੇ ਪਿਓਰ ਅੰਬਰਸਰੀ ਬੀਟਲ ਲੈ ਵੀ ਨੱਕ ਨਕੌੜਾ ਦਿਖਾ ਦਿਓ ਬਈ ਮਿੱਤਰੋ ਦੇਖ ਸਕਦੇ ਛੱਡਦੇ ਕੰਨ ਲੈ ਵੀ ਕੰਨ ਦੇਖੋ ਨਾ ਦੇਖ ਸਕਦੇ ਮੈਂ ਲੱਗਦਾ ਹੋਣਗੇ 17 ਇੰਚ ਦੇ ਕੰਨ ਆਰਾਮ ਨਾਲ ਆਰਾਮ ਨਾਲ ਇੰਚ ਦੇ ਕੰਨ ਦੋ ਦੰਦ ਆ ਵੀਰੇ ਹਜੇ ਦੋ ਦੰਦ ਆ ਹਾਂ ਇਹ ਲਵਾਈ ਤਾਂ ਨਹੀਂ ਨਹੀਂ ਵੀਰੇ ਸਹੀ ਗੱਲ ਆ ਵੀ ਦੁੱਗੀ ਆ ਇਹਦਾ ਜਵਾਕ ਹੀ ਆ ਹੋਰ ਫੜ ਲਾ ਵੀਰੇ ਅੱਜੂ ਲੈ ਵੀ ਬੱਕਰੀਆਂ ਬਹੁਤ ਨੇ ਨਿਗਾਹ ਮਾਰਦੇ ਹਰਦੇ ਵੀ ਇੱਕ ਵਾਰ ਇੱਧਰ ਨੂੰ ਆਇਆ ਦੇਖ ਸਕਦੇ ਹੋ ਮਿੱਤਰ ਤੇ ਸਾਰੀਆਂ ਦੇ ਸਾਰੀਆਂ ਕਰਿਓ ਬੱਕਰੀਆਂ ਸਗਰਵਿੰਦਰ ਤੇ ਆ ਜਾਓ ਗੱਲਾਂ ਬਾਤਾਂ ਵੀ ਕਰਾਂਗੇ ਇਹ ਬਈ ਇਹ ਵੀਰੇ ਸਾਰੀਆਂ 6-6 ਦੰਦ ਨੇ ਇਹ ਵੀ ਮਤਲਬ ਉਹ ਹੋਣਾ ਤਾਂ ਦੂਜਾ ਹੈ ਵੀਰੇ ਪਹਿਲੇ ਨਾ ਭਲੂਣ ਆ ਵੀਰੇ ਭਲੂਣ ਆ ਪਹਿਲੇ ਹੀ ਆ ਇਹ ਹਾਂ ਇਹ ਵੀ 6 ਦੰਦ ਆ ਵੀਰੇ ਪਹਿਲੇ ਸੂਏ ਆ ਬਈ ਹਜੇ ਇਹ ਗੱਬਣਾ ਕੀ ਗੱਬਣਾ ਵੀਰੇ ਗਰੰਟੀ ਦੀ ਠੀਕ ਆ ਹਾਂ ਗੱਬਣਾ ਬਈ ਦੇਖ ਸਕਦੇ ਹੋਗੇ ਬੱਕਰੀ ਚੰਗੀ ਹੈਗੀ ਤੇ ਦਿਖਾਈ ਚੱਲ ਰਾਜੂ ਨਾਲ ਦੇ ਨਾਲ ਕਾਲੀ ਕਾਲੀ ਲੈ ਦੇਖੋ ਵੀਰੇ ਸਹੀ ਗੱਲ ਆ ਬਈ ਇਹ ਵੀ 6 ਦੰਦ ਹੀ ਆ ਵੀਰੇ ਇਹ ਵੀ 6 ਦੰਦ ਹੀ ਹੈਗੀ ਇਹ ਵੀ ਬੱਕਰੀ ਬਈ ਦੇਖ ਸਕਦੇ ਹੋ ਨਾ ਹਾਂ ਪੱਠਾ ਜਦੋਂ ਰਾਜੀ ਹੋ ਗਈ ਥੋੜੀ ਵੀਰੇ ਜਿੱਦਣ ਇਹ ਭਰ ਗਈਆਂ ਨਾ ਉਦਣ ਇਹ ਫਿਰ ਹਾਂ ਵੀ ਚੀਜ਼ਾਂ ਬਣਨ ਵਾਲੀਆਂ ਨੇ ਬਣਨ ਵਾਲੀਆਂ ਬੱਕਰੀਆਂ ਨੇ ਹਾਂ ਵੀਰੇ ਆਹ ਦੇ ਜਾਣ ਦੀ ਲੱਸੀ ਆ ਵੀਰੇ ਬੱਕਰੀ ਅੱਛਾ ਬੱਕਰੀ ਜੇ ਚਮਕ ਹੋਣੀ ਦੇਖ ਲਾ ਤੂੰ ਜਿੱਦਣ ਇਹ ਬਣ ਗਈ ਤੇ ਚੀਜ਼ ਕੀ ਬਣੂਗੀ ਸਹੀ ਗੱਲ ਸਾਹਮਣੇ ਹੈਗੀ ਦੀ ਮਤਲਬ ਸਾਹਮਣੇ ਸੀ ਹੈਗੀ ਵੀਰੇ ਮੇਨ ਗੱਲ ਆ ਵੀ ਲੋਕ ਰੱਖ ਤਾਂ ਲੈਂਦੇ ਨੇ ਹਾਂ ਵੀਰੇ ਪਰ ਸਾਹਮਣੇ ਨਹੀਂ ਸਾਹਮਣੇ ਨਹੀਂ ਹੈਗੇ ਹਾਂ ਇਧਰ ਆ ਯਾਰ ਦੇਵ ਵੀ ਸਾਹਮਣੇ ਨਹੀਂ ਹੈਗੇ ਸਾਹਮ ਘੱਟ ਕਰ ਦੇਣਾ ਵੀਰੇ ਉਹੀ ਗੱਲ ਆ ਵੀ ਉਹਦੇ ਵਿਚਾਰੇ ਦੇ ਨਾ ਸਾਹਮਣ ਦੀ ਉਹਦੇ ਵੀ ਮਜਬੂਰੀ ਹੋ ਗਈ ਸੀ ਕੋਈ ਅੱਛਾ ਉਹਦੇ ਕੋਲ ਦੋ ਪੋਤੇ ਹੋ ਗਏ ਸੀ ਲਾਣੇ ਬਜ਼ੁਰਗ ਸੀਗਾ ਮਾਤਾ ਐਕਸਪਾਇਰ ਹੋ ਗਈ ਸੀ ਮੁੰਡੇ ਦੀ ਮੁੰਡੇ ਨੂੰ ਲੱਗ ਗਈ ਸਰਕਾਰੀ ਨੌਕਰੀ ਤੇ ਕੋਈ ਬਜ਼ੁਰਗ ਜਿਹਾ ਸੀ ਉਹਨੇ ਪਾਲੀ ਰੱਖਿਆ ਹੋਇਆ ਅੱਛਾ ਤੇ ਫਿਰ ਉਹ ਘਰੇ ਬੱਚਿਆਂ ਨੂੰ ਸਾਂਭਦਾ ਸੀ ਠੀਕ ਆ ਸਹੀ ਗੱਲ ਆ ਬਈ ਦੇਖ ਸਕਦੇ ਹੋਗੇ ਮੰਨ ਲਓ ਰਾਜੂ ਵੀ ਜੇ ਕਿਸੇ ਨੇ ਰੱਖਣੀ ਹੈ ਨੇ ਫਾਰਮ 'ਚ ਘਰੇ ਬੱਕਰੀਆਂ ਹਾਂ ਵੀਰੇ ਕਿਵੇਂ ਸਾਂਭੀਏ ਯਾਰ ਫਾਰਮ ਵਾਲੇ ਬੰਦੇ ਕੀ ਪਾਉਣਾ ਹੈ ਇਹਨਾਂ ਨੂੰ ਵੀਰੇ ਮੂੰਗਫਲੀ ਦਾ ਨੀਰਾ ਗੁਬਾਰੇ ਦਾ ਨੀਰਾ ਛੋਲਿਆਂ ਦਾ ਛਿਲਕਾ ਠੀਕ ਆ ਫੀਡ ਪਾਉਣ ਕੋਈ ਮਰਜ਼ੀ ਵੀ ਮਤਲਬ ਕਿ ਇਹਨਾਂ ਨੂੰ ਹੱਥ ਰੱਖੇ ਵੀ ਹਾਂ ਖਾਈ ਜਾਣ ਮੂੰਹ ਚੱਲਦਾ ਰਹੇ ਜਾੜ ਇਹਨਾਂ ਦੀ ਠੀਕ ਆ ਹਾਂ ਤਾਂ ਚੱਲਦੀਆਂ ਨੇ ਤਾਂ ਚੱਲੂ ਤਾਂ ਚੱਲੂਗਾ ਵੀਰੇ ਠੀਕ ਆ ਭੁੱਖੀਆਂ ਮਾਰ ਕੇ ਨਹੀਂ ਕੰਮ ਚੱਲਦਾ ਭੁੱਖੀਆਂ ਮਾਰ ਕੇ ਨਹੀਂ ਵੀਰੇ ਮੱਝਾਂ ਵਾਲਾ ਕੰਮ ਨਹੀਂ ਹੈਗਾ ਇਹਨਾਂ ਦਾ ਮੱਝਾਂ ਵਾਲਾ ਕੰਮ ਨਹੀਂ ਹੈਗਾ ਬਈ ਦੇਖ ਸਕਦੇ ਹੋ ਬਈ ਇਹ ਕਿਵੇਂ ਆ ਬਈ ਇਹ ਵੀ ਵੀਰੇ ਭਲੂਣ ਸੂਗੀ ਭਲੂਣ ਸੂਗੀ ਹਾਂ ਇਹ ਵੀ ਪਹਿਲੇ ਸੂਏ ਹੈਗੀ ਦੇਖ ਸਕਦੇ ਹੋਗੇ ਦੰਦ ਲੈ 6 ਦੰਦ ਆ ਵੀਰੇ 6 ਦੰਦ ਆ ਬਈ ਹੈਨਾ ਬਈ ਮਿੱਤਰੋ ਦੇਖ ਸਕਦੇ ਲਾਲ ਡੱਬੀ ਜੀ ਆ ਗਈ ਇਹ ਹੋਰ ਦਿਖਾ ਬਈ ਰਾਜੂ ਕੋਈ ਬੱਕਰਾ ਨਹੀਂ ਹੈਗਾ ਇਹਨਾਂ ਦੇ ਵਿੱਚ ਬੱਕਰਾ ਵੀ ਹੈਗਾ ਵੀਰੇ ਬੱਕਰਾ ਵੀ ਬੱਕਰਾ ਵੀਰੇ ਛੋਟਾ ਆ ਪਰ ਛੋਟਾ ਆ ਹਾਂ ਬੱਕਰਾ ਉਹਨੇ ਰੱਖ ਲਿਆ ਵੀਰੇ ਬੱਕਰਾ ਸੀ ਥੋੜਾ ਜਿਹਾ ਮਹਿੰਗੇ ਮੁੱਲ ਦਾ ਆਪਾਂ ਲਿਆ ਨੀ ਅੱਛਾ ਵੀ ਉਹ ਕਹਿੰਦਾ ਵੀ ਭਾਈ ਮੈਂ 5 ਲੱਖ ਦਾ ਲਿਆ ਆ ਅੱਛਾ ਹਾਂ ਬੱਕਰਾ ਬੱਕਰਾ ਵੀ ਬੱਕਰਾ ਮਾਂ ਬਈ ਆਪਣੀ ਰੇਂਜ ਚੋਂ ਬਾਹਰ ਆ ਇਹ ਵੀ ਕੰਮ ਗਲਤ ਹੋ ਜਾਂਦਾ ਨਾ ਰਾਜੂ ਵੀ 5 ਲੱਖ ਦਾ ਬੱਕਰਾ ਯਾਰ ਕਿ ਉਹ ਜਾਇਜ਼ ਆ ਵੀਰੇ ਆਪ ਹੀ ਦੱਸ ਵਿਕਦੇ ਨੇ ਬੱਕਰੇ ਵਿਕਦੇ ਨੇ ਹਾਂ ਛਪਾਰ ਵੀ ਗਿਆ 4,25,000 ਰੁਪਏ ਦਾ ਬੱਕਰਾ ਠੀਕ ਆ ਪਰ ਔਖਾ ਹੋ ਜਾਂਦਾ ਯਾਰ ਇੰਨਾ ਵੀਰੇ ਯਾਰ ਅਗਲਾ ਜਿਹੜਾ ਬਰੀਡ ਸਾਂਭਦਾ ਵੀਰੇ ਯਾਰ ਉਹ ਤਾਂ ਫਿਰ ਲਊਗਾ ਜਿਹਨੇ ਮਿਹਨਤ ਕੀਤੀ ਆ ਪਾਲਣ ਦੀ ਬੱਚਿਆਂ ਵਾਂਗੂ ਪਾਲਣਾ ਇੱਕ ਹਿਸਾਬ ਦਾ ਪੁੱਤ ਪਾਲ ਕੇ ਦੇ ਰਿਹਾ ਅਗਲਾ ਇਹ ਤਾਂ ਗੱਲ ਹੈਗੀ ਹੈਗੀ ਹੈਨਾ ਫਿਰ ਅਗਲਾ ਫਿਰ ਉਹ ਤਾਂ ਕਰੂਗਾ ਹੀ ਜੇ ਆਪਾਂ ਰੇਟ ਦੀ ਗੱਲਬਾਤ ਕਰੀਏ ਆਪਣੇ ਕੋਲ ਕਿੰਨੇ ਕਿੰਨੇ ਘਾਲੀਆਂ ਬੱਕਰੀਆਂ ਹੁੰਦੀਆਂ ਨੇ ਰਾਜੂ ਵੀਰੇ ਜਿਹੋ ਜਿਹਾ ਸੌਦਾ ਆ ਗਿਆ ਉਹੋ ਜਿਹੇ ਸੌਦੇ ਦੇ ਹਿਸਾਬ ਨਾਲ ਆਪਾਂ ਦੇ ਦਿੰਦੇ ਹਾਂ ਠੀਕ ਆ ਬੱਕਰੀ ਆਪਣੇ ਕੋਲੋਂ ਵੀਰੇ 12,000 ਦੀ ਵੀ ਕਈ ਵਾਰੀ ਮਿਲ ਜਾਂਦੀ ਆ ਅੱਛਾ ਕਈ ਵਾਰੀ ਬੱਕਰੀ 50,000 ਦੀ ਵੀ ਮਿਲਦੀ ਆ ਬੱਕਰੀ 30,000 ਦੀ ਵੀ ਮਿਲਦੀ ਆ ਠੀਕ ਆ ਬੱਕਰੀ 25,000 ਦੀ ਵੀ ਮਿਲਦੀ ਆ ਹਰੇਕ ਮੁੱਲ ਦੀ ਆ ਹਰੇਕ ਮੁੱਲ ਦੀ ਬੱਕਰੀ ਆਉਂਦੀ ਵਾਲੀਆਂ ਬੱਕਰੀਆਂ ਕਿੰਨੇ ਕਿੰਨੇ ਮੁੱਲ ਦੀਆਂ ਹੋਣਗੀਆਂ ਆਪਣੇ ਕੋਲੇ ਬਈ ਵੀਰੇ ਆਪਣੇ ਕੋਲ ਨੇ ਫਿਲਹਾਲ ਇਹ 60 ਬੱਕਰੀਆਂ 60 ਬੱਕਰੀਆਂ 60 ਬੱਕਰੀਆਂ ਜੋ 50 ਬੱਕਰੀਆਂ ਦੇਵਾਂਗੇ 50 ਬੱਕਰੀ ਦੇਵਾਂ 10 ਰੱਖੋਗੇ 10 ਰੱਖਾਂਗੇ 10 ਬੱਕਰੀਆਂ ਨਹੀਂ ਰੱਖਦੇ ਇਹਦੇ ਵਿੱਚ ਮੇਰੀਆਂ ਘਰ ਦੀਆਂ ਪੱਠਾਂ ਨੇ 10 ਅੱਛਾ ਪੱਠਾਂ ਰੱਖੋਗੇ ਪੱਠਾਂ ਮੇਰੀਆਂ ਜਿਹੜੀਆਂ ਘਰੇ ਸ਼ੁਰੂ ਤੋਂ ਨਿੱਕੀਆਂ ਨਿੱਕੀਆਂ ਪਾਲੀਆਂ ਹੋਈਆਂ ਨੇ ਠੀਕ ਆ ਉਹ ਰੱਖੂੰਗਾ ਬਾਕੀ 50 ਬੱਕਰੀਆਂ ਆਈਆਂ ਨੇ ਇਹ 50 ਦੀਆਂ 50 ਹੀ ਦੇ ਦਾਂਗੇ ਜੇ ਤਾਂ ਕੋਈ ਇਕੱਠੀਆਂ ਲੈਣ ਵਾਲਾ ਉਹ ਹਿਸਾਬ ਨਾਲ ਦੇ ਦਾਂਗੇ ਜੇ ਕੋਈ ਇਕੱਲੀ ਇਕੱਲੀ ਲੈਣ ਵਾਲਾ ਦੋ ਦੋ ਲੈਣ ਵਾਲਾ 10-10 ਲੈਣ ਵਾਲਾ ਉਹ ਹਿਸਾਬ ਨਾਲ ਦਾ ਉਸ ਹਿਸਾਬ ਨਾਲ ਦੇ ਦਾਂਗੇ ਹਾਂ ਵੀਰੇ ਠੀਕ ਆ
ਐ ਕਰ ਫਿਰ ਦੀਵਾਲੀ ਤਾਂ ਹੈਗੀ ਅੱਜ ਨਾ ਆਫਰ ਦੇ ਦੇ ਦੀਵਾਲੀ ਤੇ ਯਾਰ ਆਫਰ ਦੇ ਦਾਂਗੇ ਵੀਰੇ ਜਿਵੇਂ ਤੁਸੀਂ ਕਹੋਗੇ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਗਿਆ ਖੁੱਲੇ ਆਫਰ ਦਵਾਂਗਾ ਉਹਨੂੰ ਆਪਾਂ ਦੱਸ ਫਿਰ ਕਿੰਨੇ ਰੁਪਏ ਨੂੰ ਦੇ ਦੇਗਾ ਵੀਰੇ ਜੇ ਤਾਂ ਕੋਈ ਇਕੱਠੀਆਂ ਲੈਂਦਾ ਬੱਕਰੀਆਂ ਹਾਂ 17,500 ਨੂੰ ਦੇ ਦਾਂਗੇ ਤੇ ਵੀ 17,500 ਨੂੰ ਨਾ ਜੇ ਕੋਈ ਬੱਕਰੀ ਪੱਕੀ ਨਿਕਲਿਆ ਜੀ ਹਾਂ ਉਹ ਮੇਰੀ ਅੱਛਾ ਹਾਂ 6 ਦੰਦ ਬੱਕਰੀਆਂ ਲੈ ਜਾਵੇ ਹਰ ਇੱਕ ਛਾਂਟ ਕੇ ਦੰਦ ਥਾਣ ਬੰਨਾ ਸਾਰਾ ਕੁਝ ਦੇਖ ਕੇ ਲੈ ਵੀ ਆਇਆ ਕਰ ਰਾਜੂ ਮੇਰੀ ਗੱਲ ਸੁਣ ਲਾ ਲੈ ਤੁਸੀਂ ਨਾ ਆਇਓ ਰਾਜੂ ਕੋਲ ਕਹਿ ਦਿਓ ਵੀ ਅਸੀਂ ਬਈ ਲੱਤੀ ਲਾਣਾ ਧੂਰੀ ਦੀ ਵੀਡੀਓ ਦੇਖ ਕੇ ਆਇਆਂਗੇ ਠੀਕ ਹੈ ਜੀ 400-500 ਰੁਪਏ ਦਾ ਹੋਰ ਮਾਣ ਕਰਦੀ ਕਰਦਾ ਜਿਹੜਾ ਬਾਈ ਜੀ ਆ ਕੇ ਕਹੂਗਾ ਵੀ ਅਸੀਂ ਵੀਡੀਓ ਦੇਖ ਕੇ ਆਏਗੇ ਸ਼ੇਅਰ ਕਰਕੇ ਆਇਆਂਗੇ ਠੀਕ ਹੈ ਨਾ 400-500 ਰੁਪਏ ਦਾ ਬਾਈ ਹੋਰ ਮਾਣ ਕਰਦੀ ਹੈ ਨਾ ਖਰਚਾ ਬਚਾ ਦੀ ਅਗਲੇ ਦਾ ਵੀਰੇ ਖੁੱਲਾ ਮਾਣ ਤਾਣ ਕਰਕੇ ਭੇਜਾਂਗੇ ਹੋਰ ਖੁੱਲਾ ਮਾਣ ਤਾਣ ਬਾਕੀ ਬਾਈ ਤੁਸੀਂ ਬੱਕਰੀਆਂ ਦੇਖ ਹੀ ਰਹੋਗੇ ਬਾਈ ਸਾਰੀਆਂ ਹੈਗੀਆਂ ਬਾਈ 35-36 ਇੰਚ ਦੀਆਂ ਨਾ ਹਾਂ ਵੀਰੇ 35-36 ਇੰਚ ਕੋਈ ਵੱਡੀ ਵੀ ਆ ਕੋਈ ਛੋਟੀ ਵੀ ਆ ਠੀਕ ਹੈ ਜੀ ਗੱਬਣਾ ਵੀ ਨੇ ਤੇ ਫੰਡਰਾ ਵੀ ਨੇ ਗੱਬਣਾ ਵੀ ਨੇ ਹਜੇ ਨਵੀਆਂ ਪੱਠਾਂ ਨੇ ਕਈ ਲੱਗਣ ਵਾਲੀਆਂ ਵੀ ਨੇ ਲੱਗਣ ਵਾਲੀਆਂ ਵੀ ਨੇ ਹਾਂ ਠੀਕ ਆ 6 ਦੰਦ ਤਾਂ ਅਗਲਾ ਆਮ ਹੀ ਲਵਾਉਂਦਾ ਵੀਰੇ ਬੱਕਰੀ ਯਾਰ ਸਹੀ ਗੱਲ ਆ 2 ਦੰਦ ਤਾਂ ਲਵਾਉਂਦੇ ਨੀ ਕੋਈ 6 ਦੰਦ ਬੱਕਰੀ ਲਵਾਉਂਦਾ ਅਗਲਾ 6 ਦੰਦ ਤੋਂ ਫਿਰ ਹੁਣ ਹੋਣੀਆਂ ਲੱਗਣ ਵਾਲੀਆਂ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਨਾ ਬੱਕਰੀਆਂ ਲੱਭ ਰਹੇ ਨੇ ਵੀ ਸਸਤੀਆਂ ਬੱਕਰੀਆਂ ਵਧੀਆ ਬੱਕਰੀਆਂ ਮਿਲ ਜਾਣ ਤਾਂ ਰਾਜੂ ਬਾਬੇ ਨੂੰ ਸੰਪਰਕ ਕਰ ਲਓ ਠੀਕ ਹੈ ਜੀ ਅਤੇ ਬਾਕੀ ਹੋਰ ਗੱਲਬਾਤ ਕਰ ਦਿਆਂਗੇ ਬਣੇ ਰਹੋ ਵੀਡੀਓ ਦੇ ਵਿੱਚ ਬਾਈ ਤੁਸੀਂ ਲੈ ਵੀ ਆ ਜਾਓ ਰਾਜ ਨਾਲ ਹੋਰ ਗੱਲਬਾਤ ਕਰ ਦਿਆਂਗੇ ਰਾਜੂ ਬਾਈ ਹਾਂ ਵੀਰੇ ਜਿਵੇਂ ਆਪਾਂ ਤਾਂ ਹੁਣ ਮੰਡੀਆਂ ਦੇ ਵਿੱਚ ਹੀ ਰਹਿਣਾਂਗੇ ਲਗਭਗ ਹੈ ਨਾ ਹਾਂ ਵੀਰੇ ਇੱਥੇ ਕਦੋਂ ਆਉਂਦੇ ਹੋ ਬਾਈ ਫਿਰ ਉਰੇ ਬਾਰੇ ਜਦੋਂ ਮੰਡੀਆਂ ਵਿਹਲੀਆਂ ਹੁੰਦੀਆਂ ਨੇ ਅੱਛਾ ਹੋਰ ਜੋ ਵਿਹਲੇ ਆ ਇੱਧਰ ਨੂੰ ਅੱਛਾ ਠੀਕ ਘਰੇ ਤਾਂ ਰਹਿਣਾ ਹੀ ਨਹੀਂ ਇਹ ਤਾਂ ਗੱਲ ਹੈ ਕਿ ਮੰਡੀ ਕਿਹੜੀ ਕਿਹੜੀ ਲਾਉਂਦੇ ਹੋ ਬਾਈ ਮੰਡੀ ਵੀਰੇ ਯਾਰ ਜ਼ਿਆਦੀਆਂ ਮੈਂ ਤਾਂ 2 ਹੀ ਲਾਉਂਦਾ ਹਾਂ ਕਿਹੜੀਆਂ ਕਿਹੜੀਆਂ ਇੱਕ ਤੁੰਗਲੀ ਇੱਕ ਮੁੱਲਾਪੁਰ ਤੇ ਇਹਦਾ ਤਾਂ ਲਾਉਣਾ ਹੀ ਆਪਾਂ ਲੌਂਗੋਵਾਲ 13-26 ਲਾਉਂਦੇ ਹਾਂ ਬਸ 13-26 ਠੀਕ 3 ਵਾਲੀ ਆਪਾਂ ਜਾਂਦੇ ਹਾਂ ਠੀਕ ਆ ਜੀ 3 ਮੰਡੀਆਂ ਲਾਉਣੇ ਜਾਣੀ ਕਿ 3 ਮੰਡੀਆਂ ਲਾਉਂਦੇ ਹਾਂ ਠੀਕ ਆ ਬਾਈ ਜੀ ਹਾਂ ਮੰਨ ਲਓ ਵੀ ਆਪਾਂ ਕੋਈ ਬੱਕਰੀ ਲੈ ਆਏ ਹੈ ਨਾ ਹਾਂ ਵੀਰੇ ਹੁਣ ਕਿਵੇਂ ਉਹ ਖਾਂਦੇ ਕਿਵੇਂ ਆ ਗਏ ਲਿਆ ਕੇ ਕੀ ਦਿੰਦੇ ਉਹਨੂੰ ਇਹੋ ਜਿਹਾ ਵੀ ਬੱਕਰੀ ਵੀਰੇ ਪਹਿਲਾਂ ਤਾਂ ਅਗਲੇ ਦੇ ਫਾਰਮ 'ਚੋਂ ਬੱਕਰੀਆਂ ਆਈਆਂ ਨੇ ਉਹਨਾਂ ਨੂੰ ਇੱਕ ਅੱਧੀ ਦਿਹਾੜੀ ਖਵਾ ਪਿਆ ਕੇ 4 ਰੁਪਏ ਕਰਕੇ ਉਹਨੂੰ ਨੀਲ ਜਾਣ ਦਿੰਦੇ ਹਾਂ ਪਹਿਲਾਂ ਤਾਂ ਅਸੀਂ ਨੀਲ ਜਾਣ ਦਿੰਦੇ ਹਾਂ ਵੀ ਅਗਲੇ ਨੇ ਪਤਾ ਨਹੀਂ ਦਿੱਤੀ ਆ ਜਾਂ ਨਹੀਂ ਦਿੱਤੀ ਆ ਵੀ ਕੀੜੇ ਕੂੜੇ ਨਿਕਲ ਜਾਂਦੀ ਆ ਦਵਾਈ ਆਉਂਦੀ ਆ ਵੀਰੇ ਕੀੜਿਆਂ ਦੀ ਜੂਨਾ ਜਾਨਾਂ ਦੀ ਹਾਂ ਵੀ ਜਿਹੜੀ ਬੱਕਰੀ ਲੇਸੀ ਆ ਕੀੜੇ ਵੀੜੇ ਨਿਕਲ ਜਾਂਦੇ ਨੇ ਉਹਦੇ ਠੀਕ ਆ ਮੋਕ ਲੱਗ ਜਾਂਦੀ ਆ ਮੋਕ ਲੱਗ ਜਾਂਦੀ ਆ ਪੇਟ ਸਾਫ਼ ਹੋ ਜਾਂਦੇ ਹੁਣ ਇਹਨਾਂ ਨੂੰ ਅਨੁਸਾਰ ਸਾਰੀਆਂ ਨੀਲ ਜਾਨ ਦਿੱਤੀ ਵੀਰੇ ਆ ਹੁਣ ਮੋਕਾਂ ਲੱਗ ਰਹੀਆਂ ਨੇ ਕੀੜੇ ਵੀੜੇ ਸਭ ਨਿਕਲ ਜਾਣਗੇ ਕੀੜੇ ਸਾਫ਼ ਹੋ ਜਾਣਗੇ ਮੋਕ ਲੱਗੂਗੀ ਵੀ ਉਹਨੂੰ ਜਿਹਦੇ ਕੀੜੇ ਹੋਣਗੇ ਅੱਛਾ ਨਹੀਂ ਮੋਕ ਨਹੀਂ ਲੱਗਦੀ ਨਾ ਪੱਕੀ ਗਰੰਟੀ ਹੈ ਪੱਕੀ ਗਰੰਟੀ ਹੈ ਵੀਰੇ 17-18 ml ਬੱਕਰੀ ਨੂੰ ਦੇ ਦਿਓ 20 ml ਜਿਹੜੀ ਦੇ ਅੰਦਰ ਕੀੜੇ ਹੋਣਗੇ ਉਸੇ ਨੂੰ ਮੋਕ ਲੱਗੂ ਨਹੀਂ ਮੋਕ ਨਹੀਂ ਲੱਗਦੀ ਠੀਕ ਆ ਮਹਿੰਗੀ ਕਿੰਨੀ ਕੁ ਹੁੰਦੀ ਹੈ ਇੰਨੀ ਮਹਿੰਗੀ ਵੀਰੇ ਉਹ 500-600 ਰੁਪਏ ਦਾ ਲੀਟਰ ਆ 500-550 ਦਾ ਉਹ ਤਾਂ ਫਿਰ ਤਾਂ ਕਈ ਬੱਕਰੀਆਂ ਦੇਣੀ ਪੈਂਦੀ ਉਹ ਵੀ ਦੇਖ ਸਕਦੇ ਹੋ ਕਿ ਜਾਨੀ ਕਿ ਜੇ ਤੁਸੀਂ ਕੋਈ ਵੀ ਬੱਕਰੀ ਬਾਹਰੋਂ ਲੈ ਕੇ ਆਓ ਤਾਂ ਥੋੜਾ ਜਿਹਾ ਟ੍ਰੀਟਮੈਂਟ ਤਾਂ ਕਰਨਾ ਪੈਂਦਾ ਵੀਰੇ ਕਰਨਾ ਪੈਂਦਾ ਨਾ ਵੀ ਹੁਣ ਉਦੋਂ ਦੀਆਂ ਬੱਕਰੀਆਂ ਖੁੱਲ ਗਈਆਂ ਵੀਰੇ ਬਹੁਤ ਜ਼ਿਆਦੀਆਂ ਠੀਕ ਆ ਨਹੀਂ ਬੱਕਰੀਆਂ ਖਾਂਦੀਆਂ ਵੀ ਨਹੀਂ ਚੰਗੀ ਤਰ੍ਹਾਂ ਚੋਗਦੀਆਂ ਵੀ ਨਹੀਂ ਸੀ ਹੁਣ ਲਾ ਰਹੀਆਂ ਛੱਕ ਇਹ ਬੰਦੇ ਨੂੰ ਨੂਨ ਲਾ ਕੇ ਧਰਦੇ ਉਹ ਨੀ ਛੱਡਣਾ ਇਹਨਾਂ ਨੇ ਬੰਦੇ ਨੂੰ ਵੀ ਖਾ ਜਾਣਾ ਹੱਡੀਆਂ ਵੀ ਖਾ ਜਾਣੀਆਂ ਉਹਦੀਆਂ ਗੱਲ ਪੱਕੀ ਕੀਤੇ ਆਪਾਂ ਕਹਿੰਦੇ ਆ ਬੱਕਰੀ ਦਾ ਦੁੱਧ ਇੰਨਾ ਗੁਣਾਕਾਰੀ ਕਿਉਂ ਇਸੇ ਚੀਜ਼ ਤੋਂ ਆ ਜਿਵੇਂ ਆਪਣੇ ਕੋਲ ਬੱਕਰੀਆਂ ਆਉਂਦੀਆਂ ਨੇ ਨਾ ਬਾਹਰੋਂ ਠੀਕ ਹੈ ਦਿੱਕਤ ਕਿਹੜੀ ਕਿਹੜੀ ਆਉਂਦੀ ਹੈ ਜਦੋਂ ਆਪਾਂ ਉਹ ਕਰ ਦਿਆਂਗੇ ਬਾਹਰੋਂ ਬੱਕਰੀ ਲੈ ਕੇ ਆਉਂਦੇ ਆ ਬਾਈ ਵੀਰੇ ਯਾਰ ਦਿੱਕਤ ਐ ਆਉਂਦੀ ਹੈਗੀ ਵੀ ਹੁਣ ਜਿਵੇਂ ਮੈਂ ਤੁਹਾਡੇ ਤੋਂ ਬੱਕਰੀ ਲੈ ਲਈ ਤੁਸੀਂ ਮੈਨੂੰ ਕਹਿ ਦਿੱਤਾ ਵੀ ਬੱਕਰੀ ਗੱਭਣ ਆ ਭਾਈ ਬੱਕਰੀ ਗੱਭਣ ਆ ਬੱਕਰੀ ਸੂਣ ਵਾਲੀ ਆ ਵੀ ਭਾਈ ਇਹ ਥੱਲੇ 4 ਲੀਟਰ ਦੁੱਧ ਆ 5 ਲੀਟਰ ਦੁੱਧ ਆ ਠੀਕ ਆ ਗਰੰਟੀ ਦੇਤੀ ਗਰੰਟੀ ਦੇਤੀ ਤੁਸੀਂ ਮੈਨੂੰ ਅਗਲੇ ਤੇ ਅਸੀਂ ਤੁਹਾਡੇ ਵਿਸ਼ਵਾਸ ਤੇ ਬਾਈ ਨੂੰ ਵੇਚਤੀ ਤੇ ਹੋਰ ਗਰੰਟੀ ਦੇਤੀ ਕਿਸੇ ਨੂੰ ਅਸੀਂ ਨੂੰ ਤੁਹਾਡੇ ਕਹਿਣ ਤੇ ਅਗਲੇ ਨੂੰ ਗਰੰਟੀ ਦੇਤੀ ਉਹ ਨਾ ਤਾਂ ਕਈ ਵਾਰੀ ਜਾ ਕੇ ਫੰਡਰ ਨਿਕਲ ਆਉਂਦੀ ਆ ਅੱਛਾ ਉਹ ਸਾਡੇ ਤੇ ਭੁਗਤਣਾ ਪੈਂਦਾ ਸਾਨੂੰ ਇਦਾਂ ਵੀ ਹੋ ਜਾਂਦਾ ਵੀਰੇ ਉਹ ਕਈ ਵਾਰੀ ਜਾ ਕੇ ਦੁੱਧ ਨਹੀਂ ਦਿੰਦੀ ਬੱਕਰੀ ਅੱਛਾ ਸਾਨੂੰ ਵੀ ਭੁਗਤਣਾ ਪੈ ਜਾਂਦਾ ਤਾਂ ਵੀ ਐ ਕੰਮ ਹੋ ਜਾਂਦੇ ਨੇ ਵੀਰੇ ਅਗਲੇ ਨੂੰ ਗੱਲ ਇਹੀ ਆ ਵੀ ਯਾਰ ਆਪਾਂ ਖਾਲੀ ਆ ਚਾਹੇ ਗੱਬਣਾ ਨੂੰ ਕਲੀਅਰ ਕਰਕੇ ਦਿਓ ਬਿਨਾਂ ਤਾਂ ਅਗਲੇ ਨੂੰ ਉਹ ਹੋਵੇ ਨਾ ਆਪਾਂ ਨੂੰ ਹੋਵੇ ਸਹੀ ਗੱਲ ਹੁਣ ਅਗਲਾ ਤਾਂ ਇੱਕ ਵਾਰੀ ਦੇ ਕੇ ਜਾਣ ਛਡਾ ਦਿੰਦਾ ਜਿਹੜਾ ਤਾਂ ਪੱਕਾ ਵਪਾਰੀ ਹੁੰਦਾ ਵੀਰੇ ਉਹ ਬੱਕਰੀ ਨਹੀਂ ਛੇਤੀ ਮੋੜਦਾ ਅੱਛਾ ਜਿਹੜਾ ਵਿਚਾਰਾ ਅਣਜਾਣ ਹੁੰਦਾ ਵੀ ਜਿਹਨੇ ਇੱਕ ਅੱਧੀ ਬੱਕਰੀ ਲੈਣੀ ਆ ਉਹਨੂੰ ਫੰਡਰ
ਗੱਬਣ ਕਹਿ ਕੇ ਦੇਤੀ ਉਹ ਫੰਡਰ ਨਿਕਲੀ ਉਹਨੂੰ ਮੋੜਨੀ ਪੈਂਦੀ ਆ। ਸਹੀ ਗੱਲ ਹੈ। ਜਿਹੜਾ ਪੱਕਾ ਹੁਣ ਜਿਵੇਂ ਕੋਈ ਸਾਨੂੰ ਪੱਕੇ ਬੰਦੇ ਨੇ ਬੱਕਰੀਆਂ ਦੇਤੀਆਂ, ਪੰਜ ਬੱਕਰੀਆਂ ਦੇਤੀਆਂ, ਪੰਜਾਂ ਦੇ ਵਿੱਚੋਂ ਦੋ ਫੰਡਰਾਂ ਨਿਕਲੀਆਂ, ਤਿੰਨ ਗੱਬਣਾ ਕਹਿ, ਪੰਜੇ ਗੱਬਣਾ ਕਹਿ ਕੇ ਦੇਤੀਆਂ, ਦੋ ਫੰਡਰਾਂ ਨਿਕਲੀਆਂ, ਤਿੰਨ ਗੱਬਣਾ, ਉਹ ਸਾਨੂੰ ਫਿਰ ਪੰਜੀ ਰੱਖਣੀਆਂ ਪੈਣਗੀਆਂ, ਪੰਜੀ ਰੱਖਣੀਆਂ ਪੈਣੀਆਂ। ਹਾਂ, ਉਹ ਅਗਲਾ ਕਹਿੰਦਾ ਵੀ ਭਾਈ ਮੈਂ ਤਾਂ ਤੁਹਾਨੂੰ ਉਹ ਦੜੇ 'ਚ ਮਿਲਾ ਕੇ ਸੌਦਾ ਦਿੱਤਾ ਸੀ। ਠੀਕ ਆ, ਆਹ ਸੌਦਾ ਹੈ ਵੀਰੇ। ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਆਹ ਦਿੱਕਤਾਂ ਆਉਂਦੀਆਂ ਨੇ, ਸਾਰਾ ਕੁਝ ਦੇਖਣਾ ਪੈਂਦਾ, ਸਾਰਾ ਕੁਝ ਦੇਖਣਾ ਪੈਂਦਾ ਵੀਰੇ। ਹਾਂ, ਕਈ ਵਾਰੀ ਪਸ਼ੂ ਵੀਰੇ ਅਗਲੇ ਦੇ ਜਾ ਕੇ ਘਰੇ ਵੀ ਖਰਾਬ ਹੋ ਜਾਂਦਾ, ਅਗਲਾ ਹਫ਼ਤਾ ਕੁ ਸਾਂਭ ਕੇ ਸਾਫ ਸੂਫ ਕਰਕੇ ਕਹਿੰਦਾ ਭਾਈ ਇਹਦਾ ਸੂਣ ਵਾਲੀ ਨੀ ਹੋਈ, ਫੰਡਰ ਨਿਕਲੇ, ਏਦਾਂ ਵੀ ਹੋ ਜਾਂਦਾ, ਏਦਾਂ ਵੀ ਹੋ ਜਾਂਦਾ ਵੀਰੇ। ਬਹੁਤ ਦੁਨੀਆ ਢੀਂਗ ਤੋਂ ਢੀਂਗ ਪਈ ਆ ਵੀਰੇ, ਵੀ ਦੇਖ ਸਕਦੇ ਹਾਂ ਕਿ ਇਹ ਦਿੱਕਤਾਂ ਆਉਂਦੀਆਂ ਨੇ। ਠੀਕ ਹੈ ਜੀ। ਹਾਂ, ਮੰਨ ਲਓ ਰਾਜੂ ਭਾਈ ਕਿਸੇ ਨੇ ਨਵੀਆਂ ਬੱਕਰੀਆਂ ਰੱਖਣੀਆਂ ਨਾ, ਠੀਕ ਹੈ, ਨਵਾਂ ਬੰਦਾ ਕੋਈ ਨਾ, ਹਾਂ ਵੀਰੇ, ਕਿਵੇਂ ਕੰਮ ਕਰੇ, ਕਿੱਥੋਂ ਸਟਾਰਟ ਕਰੇ, ਕਿੰਨੇ ਰੁਪਏ ਵਾਲੀ ਬੱਕਰੀ ਤੋਂ ਸਟਾਰਟ ਕਰੇ ਵੀਰੇ? ਬੱਕਰੀ ਤਾਂ ਉਹਨੂੰ ਲੈਣੀ ਚਾਹੀਦੀ ਆ ਹੌਲੇ ਮੁੱਲ ਦੀ। ਕਿੰਨਾ ਕੁ ਹੌਲਾ ਹੋਵੇ ਮੁੱਲ? ਹੌਲਾ ਵੀਰੇ ਜਿਵੇਂ ਮੰਨ ਲਓ ਵੀ ਨਾ ਤਾਂ ਜ਼ਿਆਦਾ ਪੂਰੀ ਵਧੀਆ ਪਿਓਰ 'ਚ ਬੱਕਰੀ ਹੋਵੇ, ਨਾ ਹੋਵੇ ਉਹਦੇ 'ਚ ਬੱਕਰੀ ਮਿਲ ਜਾਏ ਜਿਹੜੀ ਉਹਨੂੰ 20 ਤੋਂ ਥੱਲੇ, 15-18 ਤੋਂ ਉੱਤੇ। ਠੀਕ ਆ। ਹਾਂ, ਬੱਕਰੀ ਚੰਗੀ ਵਧੀਆ ਮਿਲ ਜੇ, ਕੋਈ ਲੋਕ ਹਾਈਟਾਂ ਦੇ ਮਰ ਜਾਂਦੇ ਨੇ, ਇਹਦਾ ਹੱਥ ਕੱਦ ਦੇਖ, ਉੱਚੀ ਦੇਖ, ਤਕੜੀ ਦੇਖ, ਉਹ ਜਿਹੜੀਆਂ ਜ਼ਿਆਦਾ ਮੋਟੀਆਂ ਹੁੰਦੀਆਂ ਉਹਦੇ ਮਾਸ ਮਾਸ ਹੀ ਹੁੰਦਾ ਪੱਲੇ ਵੀਰੇ, ਥੱਲੇ ਕੁਛ ਨਹੀਂ ਹੁੰਦਾ ਪੱਲੇ, ਥੱਲੇ ਕੁਛ ਨਹੀਂ ਹੁੰਦਾ। ਹਾਂ, ਸਹੀ ਗੱਲ ਆ, ਥੱਲਾ ਦੇਖਣਾ ਚਾਹੀਦਾ ਬੱਕਰੀ ਦਾ, ਜਿਹੜੀ ਮੇਨ ਗੱਲ ਹੈਗੀ। ਜਿਵੇਂ ਹੁਣ ਇਹ ਬੱਕਰੀਆਂ ਲਿੱਸੀਆਂ ਦਾ ਜ਼ਰੂਰ ਨੇ, ਇਹਨਾਂ ਦੇ ਚਰਬੀ ਚੜਾਉਣ ਨੂੰ ਤਾਂ ਜਦੋਂ ਮਰਜ਼ੀ ਜਾੜਾ ਚੜ ਜੂਗੀ ਇਹਦਾ ਮਹੀਨਾ ਸਾਂਭ ਕੇ, ਆਖਰ ਨੂੰ ਇਹ ਪਤਲੀ ਚਮੜੀ ਦੀਆਂ ਬੱਕਰੀਆਂ ਸਾਰੀਆਂ ਦੁੱਧ ਵਾਲੀਆਂ ਨੇ, ਦੁੱਧ ਵਾਲੀਆਂ ਬੱਕਰੀਆਂ, ਦੁੱਧ ਵਾਲੀਆਂ ਨੇ, ਨਵੀਆਂ ਪੱਠਾਂ ਨੇ ਸਾਰੀਆਂ। ਠੀਕ ਆ, ਕੋਈ ਐਂ ਨਹੀਂ ਹੈਗੀਆਂ। ਲੈ ਵੀ ਮਿੱਤਰੋ, ਜੇ ਕੋਈ ਮੇਰਾ ਵੀਰ ਇਹਨਾਂ ਦੇ ਵਿੱਚੋਂ ਕੋਈ ਵੀ ਬੱਕਰੀ ਖਰੀਦਣੀ ਚਾਹੁੰਦਾ, ਅਜਾ ਬਾਈ ਤੁਹਾਨੂੰ ਕੋਈ ਉੱਚੇ ਕੱਦ ਦੀ ਬੱਕਰੀ ਚਾਹੀਦੀ ਹੈਗੀ ਤਾਂ ਤੁਸੀਂ ਉਹ ਵੀ ਲਿਆ ਕੇ ਦੇ ਦੋਗੇ? ਲਿਆ ਕੇ ਦੇ ਦਾਂਗੇ ਵੀਰੇ, ਕੋਈ ਗੱਲ ਨਹੀਂ, ਹਰ ਇੱਕ ਤਰ੍ਹਾਂ ਦੀ ਸੌਦਾ ਲਿਆ ਕੇ ਦੇ ਦਾਂਗੇ ਵੀਰੇ ਆਪਾਂ। ਕੰਮ ਆਹੀ ਆ ਰਾਜੂ ਬਾਈ ਦਾ ਬਾਈ, ਵੀ ਬੱਕਰੀ ਕਿਤੋਂ ਹੋਰ ਲੈ ਕੇ ਆਉਣੀ ਤੇ ਤੁਹਾਨੂੰ ਦੇ ਦੇਣੀ, ਯਾਨੀ ਕਿ ਬਾਈ ਵਿਚੋਲੇ ਦਾ ਕੰਮ ਆ ਜਾਂਦਾ, ਇਹੀ ਕੰਮ ਆ ਵੀਰੇ। ਹਾਂ, ਠੀਕ ਹੈ, ਵਿਚੋਲੇ ਵਾਲਾ ਕੰਮ। ਹਾਂ, ਵਿਚੋਲੇ ਵਾਲਾ ਕੰਮ ਆ ਬਾਈ। ਠੀਕ ਹੈ ਜੀ। ਬਾਕੀ ਬਾਈ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਊਗੀ ਤਾਂ ਤੁਸੀਂ ਰਾਜੂ ਬਾਬੇ ਤੋਂ ਬਾਈ ਜਾਣਕਾਰੀ ਲੈ ਸਕਦੇ ਹੋਗੇ, ਸਕਰੀਨ ਤੇ ਨੰਬਰ ਹੈਗਾ ਗਾ। ਆਪਾਂ ਖੜਿਆ ਬਾਈ ਜੀ ਪਿੰਡ ਸੌਂਦਿਆਲ ਰਾਜਗੜ੍ਹ, ਹਾਂਜੀ, ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਪਟਿਆਲਾ, ਤਹਿਸੀਲ ਸਮਾਣਾ, ਸਮਾਣਾ ਪਾਤੜਾਂ ਦੇ ਵਿਚਾਲੇ ਪਿੰਡ ਪੈਂਦਾ ਵੀਰ ਆਪਣਾ। ਠੀਕ ਹੈ, ਨੰਬਰ ਬੋਲ ਦਿਓ ਇੱਕ ਵਾਰ, ਨੰਬਰ ਆ 95-923-53-006, 95-923-53-006। ਲੈ ਵੀ ਮਿੱਤਰੋ, ਕਰ ਲਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਨਾ ਜਾਇਜ਼ ਜੇ ਮੁੱਲ ਦੀ ਬੱਕਰੀਆਂ ਚਾਹੀਦੀਆਂ ਹੋਣਗੀਆਂ। ਠੀਕ ਹੈ ਜੀ, ਅਤੇ ਇੱਕ ਵਾਰ ਫੇਰ ਤੁਹਾਨੂੰ ਦਿਵਾਲੀ ਜਾਂ ਬਾਈ ਜੀ ਲੱਖ ਲੱਖ ਮੁਬਾਰਕ। ਧੰਨਵਾਦ।